ਸਮਰਾਲਾ ਦੇ ਨੀਲੋ ਪੁਲ ਦੇ ਕੋਲ ਭਿਆਨਕ ਹਾਦਸਾ ਹੋਇਆ। ਇੱਕ ਬੈਂਕ ਦੀ ਕੈਸ਼ ਵੈਨ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰਾਂ ਤੋਂ ਇਲਾਵਾ ਇੱਕ ਔਰਤ, ਕੈਸ਼ ਵੈਨ ਦਾ ਡਰਾਈਵਰ ਅਤੇ ਗਨਮੈਨ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਲੁਧਿਆਣਾ ਵੱਲ ਜਾ ਰਹੀ ਸਵਿਫਟ ਕਾਰ ਅਤੇ ਨਿੱਜੀ ਬੈਂਕ ਦੀ ਕੈਸ਼ ਵੈਨ ਦੀ ਆਹਮੋ ਸਾਹਮਣੇ ਤੋਂ ਸਿੱਧੀ ਟੱਕਰ ਹੋਈ ਸੀ, ਜਿਸ ਵਿੱਚ ਦੋਨੋਂ ਵਾਹਨਾਂ ਵਿੱਚ ਸਵਾਰ 5 ਲੋਕ ਜ਼ਖਮੀ ਹੋਏ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ 108 'ਤੇ ਫੋਨ ਕਰਕੇ ਇਸ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਤੁਹਾਡੇ ਕੋਲ ਕਿਹੜੀ ਬਲੈਰੋ ਕਿਹੜੀ ਸੀ? ਕੈਸ਼ ਵਾਲੀ? ਕਿੰਨਾ ਕੁ ਨੁਕਸਾਨ ਹੋ ਗਿਆ? ਗੱਡੀ ਕਿਹੜੀ, ਦੂਜੀ ਗੱਡੀ ਕਿਹੜੀ ਸੀ? ਸਵਿਫਟ ਸੀ। ਇੰਜਰਡ ਕਿੰਨੇ ਹੋ ਗਏ? ਅੱਛਾ, ਦੋਨੇ ਗੱਡੀਆਂ। ਤੁਹਾਡਾ ਕਿੰਨਾ ਨੁਕਸਾਨ ਹੋ ਗਿਆ? ਕਿੱਧਰੋਂ ਜਾ ਰਹੇ ਸੀ ਤੁਸੀਂ? ਅੱਛਾ ਜੀ, ਕਿੰਨੇ ਕੁ ਵਜੇ ਦਾ ਟਾਈਮ ਸੀ ਪਤਾ ਕੁਛ? ਕਿੰਨੀ ਕੁ ਸੱਟਾਂ ਲੱਗੀਆਂ ਬਾਬੂ? ਅੱਛਾ ਜੀ, ਕਿੰਨੇ ਬੰਦੇ ਸੀ ਬਾਬੂ ਜੀ ਤੁਸੀਂ? ਦੋ ਜਣੇ ਸੀਗੇ। ਆਹਮੋ ਸਾਹਮਣੇ ਕਰੇ ਸੀ? ਠੀਕ। ਬਹਿਰਹਾਲ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪੁਲਿਸ ਵੱਲੋਂ ਆਪਣੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।